ਬਾਦਲ ਫਕਰੇ ਕੌਮ ਸੀ, ਬਾਦਲ ਗਦਾਰੇ ਕੌਮ ਸੀ ਜਿਹਨੇ ਗਦਾਰੀਆਂ ਕੀਤੀਆਂ। ਜਦੋਂ ਘੋਟਨੇ ਵਰਗੇ ਮਰਦੇ ਆ, ਬਾਦਲ ਨੂੰ ਇੰਨਾ ਫਿਕਰ ਸੀ ਘੋਟਨੇ ਵਰਗਿਆਂ ਦਾ ਕਿ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਕੇ, ਉਹਦੇ ਪ੍ਰਧਾਨ ਨੂੰ ਕਹਿ ਕੇ ਕਿ ਭਾਈ ਕੋਈ ਰਹਿ ਨਾ ਜਾਵੇ ਬਡਾਲੇ ਦੇ, ਆਪਣੇ ਘੋਟਨੇ ਦੇ ਭੋਗ 'ਤੇ ਕੋਈ ਪਹੁੰਚੇ ਹੀ ਨਾ। ਅਸੀਂ ਤਾਂ ਭਾਈ ਪੰਥ ਨਾਲ, ਉਹ ਬਾਦਲ ਨਾਲ ਨਹੀਂ ਕਹਿੰਦੇ ਪੰਥ ਨਾਲ, ਅਸੀਂ ਤੱਕੜੀ ਨਾਲ। ਉਹ ਇਹਨੂੰ ਪੰਥ ਸਮਝੀ ਗਏ ਆ ਗਦਾਰਾਂ ਨੂੰ। ਉਹ ਬੀਬਾ ਉੱਥੇ ਬੋਲਦੀ ਆ ਕਿਲ ਕਿਲ ਕੇ ਹਰਸਿਮਰਤ ਪਾਰਲੀਮੈਂਟ 'ਚ ਕਿ ਸਿੱਖਾਂ ਨਾਲ ਆਇਆ ਹੋਊਗਾ, ਸਿੱਖਾਂ ਨਾਲ ਆਇਆ ਹੋਊਗਾ, ਤੇਰੇ ਸਹੁਰੇ ਨੇ ਕੀ ਕੀਤਾ, ਤੁਸੀਂ ਕੀ ਕੀਤਾ, ਤੇਰੇ ਘਰ ਵਾਲੇ ਨੇ ਕੀ ਕੀਤਾ, ਇਹਦਾ ਵੀ ਜਵਾਬ ਦੇ ਰਹੇ, ਇਹ ਵੀ ਜਵਾਬ ਮੰਗਦੇ ਆ ਲੋਕ। 19-2-2013 ਦੀ ਚਿੱਠੀ ਹੈ। ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬਡਾਲੇ ਦੀ ਡਿਊਟੀ ਲਾਈ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਵੀ ਭਾਈ ਤੁਸੀਂ ਘੋਟਨਾ ਮਰ ਗਿਆ ਅਤੇ ਉਹਦੀ ਜਾ ਕੇ ਅੰਤਮ ਅਰਦਾਸ ਕਰਨੀ, ਉਹਦੀਆਂ ਭੋਗ ਦੀਆਂ ਰਸਮਾਂ ਤੁਸੀਂ ਪੂਰੀਆਂ ਕਰੋਗੇ। ਕਿਉਂ ਬਾਦਲ ਨੇ ਰਿਪੋਰਟ ਦੱਬੀ, ਕਿਉਂ ਬਾਦਲ ਨੇ ਘੋਟਨੇ ਵਰਗੇ ਬਚਾਏ, ਕਿਉਂ ਬਾਦਲ ਨੇ ਸੈਣੀ ਵਰਗੇ ਨੂੰ DGP ਲਾਇਆ, ਕਿਉਂ ਬਾਦਲ ਨੇ ਜਹਾਰਾ ਆਲਮ ਵਰਗੇ ਨੂੰ ਟਿਕਟਾਂ ਦਿੱਤੀਆਂ, ਕਿਉਂ ਬਾਦਲ ਘੋਟਨੇ ਦੇ ਭੋਗ ਦੇ ਉੱਤੇ ਆਪਣੀ ਸ਼੍ਰੋਮਣੀ ਕਮੇਟੀ 'ਤੇ ਦਬਾਅ ਪਾ ਕੇ ਉਹਦੀਆਂ ਭੋਗ ਦੀਆਂ ਰਸਮਾਂ ਕਰਾਉਣੀਆਂ ਚਾਹੁੰਦਾ ਸੀ, ਗੱਲਾਂ ਦਾ ਜਵਾਬ ਦੇਣਗੇ ਬਾਦਲ? ਲੋਕ ਕਹਿੰਦੇ ਆ ਜੀ ਬਾਦਲ ਤਾਂ ਮਰ ਗਿਆ, ਹੁਣ ਤੁਸੀਂ ਬਾਦਲਾਂ ਨੂੰ ਕਿਉਂ ਚੱਕੀ ਫਿਰਦੇ ਆ? ਫਿਰ ਮਰ ਤਾਂ ਇੰਦਰਾ ਵੀ ਗਈ, ਕਿਉਂ ਗਾਲਾਂ ਕੱਢਦੇ ਆ? ਮਰ ਤਾਂ ਬਿਆਨਤਾ ਬੁੱਚੜ ਵੀ ਗਿਆ, ਕਿਉਂ ਬੁੱਚੜ ਕਹਿੰਦੇ ਆ, ਕਿਉਂ ਗਾਲਾਂ ਕੱਢਦੇ ਆ? ਮਰ ਤਾਂ ਰੰਗਜੇ ਵਰਗੇ ਵੀ ਗਏ, ਇੱਥੇ ਮੱਸੇ ਰੰਗੜ ਗਈ ਮਰ ਗਈ, ਉਹਨਾਂ ਨੂੰ ਕਿਉਂ ਲਈ ਫਿਰਦੇ ਆ? ਫਿਰ ਜਿਹੜਾ ਬੰਦਾ ਪਿੱਠੇ ਛੁਰਾ ਮਾਰਦਾ ਕੌਮ ਦੇ, ਜਿਹੜਾ ਬੰਦਾ ਜ਼ੁਲਮ ਕਰਕੇ ਜਾਂਦਾ, ਉਹ ਇਤਿਹਾਸ 'ਚ ਲਿਖਿਆ ਜਾਂਦਾ ਕਿ ਬੰਦਾ ਸਿਪਾਹੀ ਹੌਲਦਾਰ ਬੰਦਾ ਆਪਣਾ ਸਿਪਾਹੀ ਲੱਗਿਆ IG DIG ਦੇ ਉਹਦੇ ਤੱਕ ਗਿਆ, ਉਹ ਐਂ ਗਏ ਆ ਮਾਰ ਮਾਰ ਕੇ ਬੰਦੇ ਨੂੰ, ਲੋਕਾਂ ਦੇ ਜਵਾਕ ਇਕੱਲੇ ਇਕੱਲੇ ਖਪਾਤੇ ਯਾਰ, ਲੋਕਾਂ ਦਾ ਦੀਵਾ ਗੁੱਲ ਕਰਤਾ, ਕੁਲਾਂ ਦਾ ਨਾਸ ਕਰਤਾ, ਉਹਦਾ ਜ਼ਿੰਮੇਵਾਰ ਕੌਣ ਆ? ਹੈ ਨਹੀਂ ਬਾਦਲ? ਫਿਰ 95 ਤੱਕ ਕਾਂਗਰਸ ਨੇ ਘਾਣ ਕੀਤਾ, ਹਜ਼ਾਰਾਂ ਮੁੰਡਾ ਸਾਡਾ ਮਾਰਦਾ, ਪਤਾ ਹੀ ਨਹੀਂ ਕੀ ਕੁਛ ਹੋਇਆ ਯਾਰ ਸਾਡੇ ਨਾਲ। ਮੈਂ ਕਹਿੰਦਾ ਰੂਹ ਕੰਬਦੀ ਆ ਯਾਰ ਬੰਦੇ ਦਾ, ਹੁਣ ਵੀ ਆਪਾਂ ਇੰਨੇ ਸਾਲਾਂ ਬਾਅਦ ਜਹੇਦਾਰ ਕਿਉਂ ਕਰੀ, 31 ਸਾਲਾਂ ਬਾਅਦ ਗੱਲ ਕਰ ਰਹੇ ਹਾਂ, ਅੱਜ ਵੀ ਸੋਚ ਕੇ ਆਏ ਬੰਦੇ ਦਾ ਅੰਦਰੋਂ ਬੰਦਾ ਝੰਜੋੜਿਆ ਜਾਂਦਾ ਵੀ ਐਡਾ ਯਾਰ ਘਾਣ। ਅਤੇ ਯਾਰ ਤੁਸੀਂ 95 ਦੇ ਵਿੱਚ ਉਹਨਾਂ ਨੇ ਜੋ ਘਾਣ ਕੀਤਾ, ਅਤੇ ਤੁਸੀਂ 2002 'ਚ ਸਰਕਾਰ ਬਣਾਉਂਦੀ ਲੈ ਕੇ ਸਤਿ ਸ਼੍ਰੀ ਅਕਾਲ। RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦੀ ਮੌਤ ਦੇ ਉੱਪਰ ਬੜੇ ਸਵਾਲ ਜਿਹੜੇ ਆ ਉਹ ਖੜ੍ਹੇ ਹੋਏ ਨੇ। ਇਹ ਸਵਾਲ ਜਿਹੜੇ ਨੇ ਪੰਥਕ ਸਰਕਾਰ ਦੇ ਉੱਪਰ ਵੀ ਖੜ੍ਹੇ ਹੋਏ ਨੇ, ਇਹ ਸਵਾਲ ਜਿਹੜੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਜਿਹੜੇ ਆ ਉਹ ਖੜ੍ਹੇ ਹੋਏ ਨੇ ਕਿ ਹੁਣ ਤੱਕ ਉਸ ਰਿਪੋਰਟ ਨੂੰ ਦੱਬ ਕੇ ਕਿਉਂ ਰੱਖਿਆ ਗਿਆ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ, ਜਿਸ ਦੇ ਵਿੱਚ ਜਥੇਦਾਰ ਸਾਹਿਬ ਦੇ ਉੱਪਰ ਹੋਏ ਅਣਮਨੁੱਖੀ ਤਸ਼ੱਦਦ ਦੀ ਜਿਹੜੀ ਹੈਗੀ ਆ ਉਹ ਕਹਾਣੀ ਲੂੰ ਕੰਡੇ ਖੜ੍ਹੇ ਕਰਤੀ ਆ। ਇਸ 'ਤੇ ਵਾਪਸ ਗੱਲਬਾਤ ਕਰਾਂਗੇ, ਮੇਰੇ ਨਾਲ ਲੱਖਾ ਸਿੰਘ ਸਧਾਣਾ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਅਗਲੀ ਗੱਲਬਾਤ ਵਧਾਂਗੇ। ਲੱਖੇ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ। ਸ਼ੁਕਰੀਆ ਬਾਈ, ਸ਼ੁਕਰੀਆ ਜੀ। ਲੱਖੇ, ਪੰਥਕ ਸਰਕਾਰ ਜਾਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਆਪ ਨੂੰ ਕਹਿੰਦੀ ਆਈ ਆ, ਇਸੇ ਪੰਥਕ ਪਾਰਟੀ ਦੀ ਸਰਕਾਰ ਵੀ 13 ਸਾਲ ਜਿਹੜੀ ਰਹੀ ਅਤੇ ਉਹਨਾਂ ਸਮਿਆਂ ਦੇ ਵਿੱਚ ਅਣਮਨੁੱਖੀ ਤਸ਼ੱਦਦ ਦੀ ਉਹ ਰਿਪੋਰਟ ਜਾਂ ਕੌਮ ਦੇ ਜਥੇਦਾਰ ਦੇ ਉੱਪਰ ਹੋਏ ਅਣਮਨੁੱਖੀ ਤਸ਼ੱਦਦ ਦੀ ਉਹ ਰਿਪੋਰਟ ਸਾਹਮਣੇ ਨਹੀਂ ਆਈ ਜਿਹਨੇ ਸਵਾਲ ਖੜ੍ਹੇ ਕੀਤੇ ਨੇ ਪੰਥਕ ਪਾਰਟੀ ਦੇ ਉੱਪਰ, ਸਵਾਲ ਖੜ੍ਹੇ ਕੀਤੇ ਨੇ ਖਾਸ ਗੱਲ SGPC ਦੇ ਉੱਪਰ। ਪਹਿਲਾਂ ਤਾਂ ਜਵਾਬ ਮੈਂ ਇਹੀ ਲੈਣਾ ਚਾਹੂੰਗਾ ਕਿ ਜਿਹੜੀ ਪਾਰਟੀ ਕਹਿੰਦੇ ਕਿ ਅਸੀਂ ਪੰਥਕ ਆ, ਪੰਥ ਦੀ ਗੱਲ ਹੀ ਅਸੀਂ ਕਰਦੇ ਹਾਂ, ਤਾਂ ਫਿਰ ਕੌਮ ਦੇ ਜਥੇਦਾਰ ਦੇ ਉੱਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਦੱਬ ਕੇ ਕਿਉਂ ਰੱਖਿਆ ਗਿਆ? ਸਭ ਤੋਂ ਪਹਿਲਾਂ ਤਾਂ ਗੱਲ ਜਸ ਇਹ ਆ ਸੋਚਣ ਵਾਲੀ, ਮੈਂ ਆਪਾਂ ਉਹ 'ਤੇ ਵੀ ਆਪਾਂ ਗੱਲ ਵਿਸਥਾਰ ਨਾਲ ਕਰਾਂਗੇ ਵੀ ਕਿਵੇਂ ਪੰਥਕ ਕਹਾਉਣ ਵਾਲੀ ਬਾਦਲ ਲਾਣੇ ਨੇ ਕਿਵੇਂ ਉਹ ਰਿਪੋਰਟਾਂ ਦੱਬ ਕੇ ਰੱਖੀਆਂ। ਉਸ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ, ਹਰ ਸਿੱਖ ਮਾਣ ਕਰਦਾ ਯਾਰ, ਉਹ
ਐਡੇ ਐਡੇ ਅਹੁਦਿਆਂ 'ਤੇ ਬੈਠ ਕੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਜਥੇਦਾਰ ਝੂਠ ਬੋਲ ਰਹੇ ਨੇ। ਜਦੋਂ ਤੁਹਾਡੇ ਵਰਗੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜੀ ਤੁਸੀਂ ਜਿਹੜਾ ਜਦੋਂ ਘੋਟਨਾ ਮਰਦਾ, ਘੋਟਨੇ ਦੇ ਭੋਗ ਦੇ ਉੱਤੇ ਉਹਦੀ ਅੰਤਮ ਅਰਦਾਸ ਜਦੋਂ ਹੋਣੀ ਸੀਗੀ ਤਾਂ ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲ ਡਿਊਟੀਆਂ ਲਾਈਆਂ ਜਾਂਦੀਆਂ। ਚਿੱਠੀ ਦੇਖੋ, ਇਹ ਚਿੱਠੀ ਹੁਣ ਨਸ਼ਰ ਹੋ ਚੁੱਕੀ ਆ। ਇਹ ਚਿੱਠੀ ਹੈ ਜਿਹੜੀ, ਇਹ ਹੈਗੀ ਆ 19/2/2013 ਦੀ ਚਿੱਠੀ ਹੈ। ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬਡਾਲੇ ਦੀ ਡਿਊਟੀ ਲਾਈ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਵੀ ਭਾਈ ਤੁਸੀਂ ਘੋਟਨਾ ਮਰ ਗਿਆ ਅਤੇ ਉਹਦੀ ਜਾ ਕੇ ਅੰਤਮ ਅਰਦਾਸ ਕਰਨੀ, ਉਹਦੀਆਂ ਭੋਗ ਦੀਆਂ ਰਸਮਾਂ ਤੁਸੀਂ ਪੂਰੀਆਂ ਕਰੋਗੇ। ਮੈਂ ਕਹਿੰਦਾ ਬਾਦਲ ਨੇ ਜਿਹੜਾ ਧਰੋ ਕਮਾਇਆ ਕਮਾਇਆ, ਜਿਉਂਦੇ ਜੀ ਤਾਂ ਕਮਾਏ, ਜਿਉਂਦੇ ਬੰਦਿਆਂ ਤੋਂ ਖੜੇ ਹੀ ਹੈ, ਚਾਹੇ ਸੈਣੀ ਨੂੰ DGP ਲਾਉਣਾ ਹੋਵੇ, ਜਾਂ ਹਾਰ ਆਲਮ ਨੂੰ ਟਿਕਟਾਂ ਦੇਣੀਆਂ ਹੋਣ, ਚਾਹੇ ਹੋਰ ਬੁੱਚੜਾਂ ਨੂੰ ਉਹਨੇ ਅਹੁਦੇ ਵੀ ਦਿੱਤੇ, ਤਰੱਕੀਆਂ ਵੀ ਦਿੱਤੀਆਂ, ਉਹਨੇ ਵੱਖ ਵੱਖ ਜ਼ਿਲ੍ਹਿਆਂ 'ਚ SSP ਲਾਏ, DAG IGP ਲਾਏ, ਪਰ ਜਦੋਂ ਘੋਟਨੇ ਵਰਗੇ ਮਰਦੇ ਆ, ਬਾਦਲ ਨੂੰ ਇੰਨਾ ਫਿਕਰ ਸੀ ਘੋਟਨੇ ਵਰਗਿਆਂ ਦਾ ਕਿ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਕੇ, ਉਹਦੇ ਪ੍ਰਧਾਨ ਨੂੰ ਕਹਿ ਕੇ ਕਿ ਭਾਈ ਕੋਈ ਰਹਿ ਨਾ ਜਾਵੇ ਬਡਾਲੇ ਦੇ, ਆਪਣੇ ਘੋਟਨੇ ਦੇ ਭੋਗ 'ਤੇ ਕੋਈ ਪਹੁੰਚੇ ਹੀ ਨਾ, ਕਿਉਂਕਿ ਵਿਰੋਧ ਜਿਹੜਾ ਰੋਸ ਲੋਕਾਂ 'ਚ ਬਹੁਤ ਜ਼ਿਆਦਾ ਸੀਗਾ, ਖਾਸ ਤੌਰ 'ਤੇ ਸਿੱਖਾਂ ਦੇ ਵਿੱਚ, ਜਿਵੇਂ ਉਹਨੇ ਕੋਹ ਕੋਹ ਕੇ ਪੰਜਾਬ ਦੀ ਜਵਾਨੀ ਮਾਰੀ ਆ, ਜਾਂ ਗੁਰਦੇਵ ਸਿੰਘ ਕੌਂਕੇ ਦੀ ਘਟਨਾ ਵੀ ਲੋਕਾਂ ਨੂੰ ਪਤਾ ਸੀ, ਤਾਂ ਉਹਦੇ ਭੋਗ ਦਾ ਇੰਨਾ ਫਿਕਰ ਕਰਕੇ ਬਾਦਲ ਨੇ ਉੱਥੋਂ ਸ਼੍ਰੋਮਣੀ ਕਮੇਟੀ ਦਾ ਦਬਾਅ ਬਣਾਇਆ, ਸ਼੍ਰੋਮਣੀ ਕਮੇਟੀ ਨੇ ਗਾਹਾਂ ਦਬਾਅ ਬਣਾਇਆ ਆਪਣੇ ਹਜ਼ੂਰੀ ਰਾਗੀਆਂ ਦੇ ਉੱਤੇ ਕਿ ਤੁਸੀਂ ਜਾਣਾ। ਚਲੋ ਤਾਂ ਮੈਂ ਕਹਿੰਦਾ ਭਾਈ ਬਡਾਲੇ ਯਾਰ ਕਹਿੰਦਾ ਉਦੋਂ ਜਵਾਬ ਦਿੱਤਾ, ਪਰ ਉਹਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਦੇ ਪ੍ਰਧਾਨ ਨੇ ਉਹਦੇ ਭੋਗ ਦੇ ਉੱਤੇ ਯਾਰ ਮਤਲਬ ਕਿ ਬੰਦੇ ਭੇਜੇ ਨੇ, ਚਾਹੇ ਉਹ ਗ੍ਰੰਥੀ ਸਿੰਘ ਹੋਣ, ਚਾਹੇ ਉਹ ਕੀਰਤਨ ਕਰਨ ਵਾਲੇ ਹਜ਼ੂਰੀ ਰਾਗੀ ਹੋਣ, ਜਾਂ ਕੋਈ ਹੋਰ ਨਹੀਂ, ਹਜ਼ੂਰੀ ਰਾਗੀ ਨਹੀਂ ਗਏ, ਕੋਈ ਹੋਰ ਭੇਜ ਤੇ, ਜਾਣੀ ਉੱਥੇ ਸਾਰੀ ਜਿਹੜੀ ਉਹਦੀ ਕਿਰਿਆ ਕਰਮ ਹੋਇਆ, ਜਿੰਨਾ ਵੀ ਹੋਇਆ ਉਹਦਾ ਸਾਰਾ ਉਹ ਕਿਹਨੇ ਨਿਭਾਇਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਇਆ। ਕਿਹਦੇ ਕਹਿਣ 'ਤੇ ਨਿਭਾਇਆ? ਇਹ ਬਾਦਲ ਦੇ ਕਹਿਣ 'ਤੇ ਨਿਭਾਇਆ। ਹੁਣ ਅਗਲੀ ਗੱਲ ਆ ਜਾਂਦੀ ਆ, ਉਹ ਸਾਰਿਆਂ ਨੇ ਤਕਰੀਬਨ ਜਦ ਸੁਣ ਲਈ ਗੱਲ ਵੀ ਜੋ ਤਸ਼ੱਦਦ ਹੋਇਆ, ਕਿਵੇਂ ਅੱਖਾਂ ਕੱਢੀਆਂ ਗਈਆਂ, ਕਿਵੇਂ ਟੋਟੇ ਟੋਟੇ ਕਰਕੇ ਯਾਰ ਵੱਢਿਆ ਗਿਆ, ਕਿਵੇਂ ਨੰਗਿਆਂ ਨੂੰ ਸੁੱਟਿਆ ਗਿਆ, ਕਿਵੇਂ ਉਹਨੂੰ ਐਂ ਚੱਡੇ ਪਾੜ ਕੇ ਐਂ ਮਤਲਬ ਕਿ ਉਦੋਂ ਬਾਅਦ ਨੂੰ ਅੱਧ ਮਰਿਆ ਕਰਕੇ ਫਿਰ ਉਹਨੂੰ ਵੱਢਿਆ ਗਿਆ, ਹੈ ਨਾ, ਕਿਵੇਂ ਉਹ ਸਾਰੀ ਦੱਸ ਰਿਹਾ ਦਰਸ਼ਨ ਸਿੰਘ ਅਠੂਰ ਵਾਲਾ ਵੀ ਕਿਵੇਂ ਖੂਨ ਨਾਲ ਕਮਰਾ ਸਾਰਾ ਲੱਥ ਪੱਥ ਹੋ ਗਿਆ ਸੀਗਾ, ਇੰਨੀ ਮਤਲਬ ਕਿ ਮੈਂ ਕਹਿੰਦਾ ਪੱਥਰਾਂ ਦੇ ਵੀ ਕਲੇਜੇ ਪਾੜ ਜਾਣ ਯਾਰ, ਇੰਨੀ ਰੂਹ ਕੰਬਾ ਦੇਣ ਵਾਲੀ ਇਹ ਘਟਨਾ ਸੀਗੀ। ਅਤੇ ਉਹਦੇ ਲਈ ਤੁਹਾਨੂੰ ਮੈਂ ਦੱਸਦਾ ਵੀ ਜਦੋਂ ਹੁਣ ਆਪ ਲੋਕ ਕਹਿੰਦੇ ਆ ਜੀ ਬਾਦਲ ਤਾਂ ਮਰ ਗਿਆ, ਹੁਣ ਤੁਸੀਂ ਬਾਦਲਾਂ ਨੂੰ ਕਿਉਂ ਚੱਕੀ ਫਿਰਦੇ ਆ, ਫਿਰ ਮਰ ਤਾਂ ਇੰਦਰਾ ਵੀ ਗਈ, ਕਿਉਂ ਗਾਲਾਂ ਕੱਢਦੇ ਆ, ਮਰ ਤਾਂ ਬਿਆਂਤਾ ਬੁੱਚੜ ਵੀ ਗਿਆ, ਕਿਉਂ ਬੁੱਚੜ ਕਹਿੰਦੇ ਆ, ਕਿਉਂ ਗਾਲਾਂ ਕੱਢਦੇ ਆ, ਮਰ ਤਾਂ ਰੰਗਜੇ ਵਰਗੇ ਵੀ ਗਏ, ਇੱਥੇ ਮੱਸੇ ਰੰਗੜਾ ਗਈ ਮਰ ਗਈ, ਉਹਨਾਂ ਨੂੰ ਕਿਉਂ ਲਈ ਫਿਰਦੇ ਆ ਫਿਰ? ਇਹ ਜਿਹੜਾ ਬੰਦਾ ਕਰਕੇ ਜਾਂਦਾ ਹੈ, ਜਿਹੜਾ ਬੰਦਾ ਪਿੱਠੇ ਛੁਰਾ ਮਾਰਦਾ ਕੌਮ ਦੇ, ਜਿਹੜਾ ਬੰਦਾ ਜ਼ੁਲਮ ਕਰਕੇ ਜਾਂਦਾ, ਉਹ ਇਤਿਹਾਸ 'ਚ ਲਿਖਿਆ ਜਾਂਦਾ, ਇਹ ਬਾਦਲ ਲਿਖਿਆ ਜਾਊਗਾ, ਲਿਖਿਆ ਜਾਣਾ ਚਾਹੀਦਾ। ਜਿਵੇਂ ਭਾਈ ਜਸਵੀਰ ਸਿੰਘ ਰੋਡੇ ਨੇ ਉੱਥੇ ਕੱਲ੍ਹ ਜਿਹੜੀ ਚਿੱਠੀ ਲਿਖੀ ਹੈ ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਕਿ ਇਹਦੇ ਕੋਲ ਜਿਹੜਾ ਫਕਰੇ ਕੌਮ ਦਾ ਤੁਸੀਂ ਖਿਤਾਬ ਦਿੱਤਾ ਉਹ ਵਾਪਸ ਲਿਆ ਜਾਵੇ, ਬਾਦਲ ਫਕਰੇ ਕੌਮ ਸੀ, ਬਾਦਲ ਗਦਾਰੇ ਕੌਮ ਸੀ, ਜਿਹਨੇ ਗਦਾਰੀਆਂ ਕੀਤੀਆਂ। ਤੁਸੀਂ ਦੇਖੋ ਜਦੋਂ ਬਾਦਲ 97 'ਚ ਆਉਂਦਾ ਸਰਕਾਰ ਬਣਾਉਂਦਾ, ਤਾਂ ਬਾਦਲ ਉਦੋਂ ਪਹਿਲਾਂ ਸਟੇਜਾਂ ਦੇ ਉੱਤੇ ਆਮ ਇੱਕ ਗੱਲ ਕਹਿੰਦਾ, ਚੋਣ ਮੈਨੀਫੈਸਟੋ ਦੇ ਵਿੱਚ ਗੱਲ ਲਿਖਦਾ ਕਿ ਤੁਸੀਂ ਮੇਰੀ ਸਰਕਾਰ ਬਣਾਓ, ਜਿਨ੍ਹਾਂ ਨੇ ਸਾਡੇ ਜਵਾਕਾਂ ਨੂੰ ਮਾਰਿਆ, ਜਿਨ੍ਹਾਂ ਨੇ ਸਾਡੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ ਨੇ ਥਾਣੇ 'ਤੇ ਲਿਜਾ, ਜਿਨ੍ਹਾਂ ਨੇ ਕੋਹ ਕੋਹ ਕੇ ਸਾਡੇ ਜੋ ਝੋਂਦੇ ਜਵਾਕਾਂ ਨੂੰ ਵੀ ਮਾਰਤਾ, ਅਸੀਂ ਉਹ ਇੱਕ ਵੀ ਬੰਦਾ ਬਖਸ਼ਾਂਗੇ ਨਹੀਂ, ਸਾਰੇ ਬੰਦੇ ਸਾਹਮਣੇ ਲਿਆ ਕੇ ਜ਼ਿਲ੍ਹਿਆਂ ਸੱਟਾਂਗੇ, ਇਨਸਾਫ਼ ਦਿਵਾਵਾਂਗੇ ਲੋਕਾਂ ਨੂੰ। ਇਹ ਗੱਲ ਬਾਦਲ 97 ਤੋਂ ਪਹਿਲਾਂ ਆਮ ਕਹਿੰਦਾ ਸੀ।
ਬਾਦਲ ਬਣਦਾ 97 'ਚ ਮੁੱਖ ਮੰਤਰੀ, ਸਭ ਤੋਂ ਪਹਿਲਾਂ ਬੀਬੀ ਖਰੜਾ ਜਾਂਦੀ ਹੈ, ਸ਼ਹੀਦ ਭਾਈ ਜਸਵੰਤ ਸਿੰਘ ਖਰੜੇ ਦੀ ਧਰਮ ਪਤਨੀ, ਬਾਦਲ ਨੂੰ ਮੋੜ ਦਿੰਦਾ, ਬੀਬਾ ਪਿਛਲੇ ਗੱਲਾਂ ਭੁੱਲ ਜਾਈਏ, ਹੁਣ ਆਪਾਂ ਅੱਗੇ ਵਧਣ ਦਾ ਵੇਲਾ, ਆਪਾਂ ਪੰਜਾਬ ਨੂੰ ਤਰੱਕੀ ਦੀ ਲੀਹ 'ਤੇ ਲੈ ਕੇ ਜਾਣਾ। ਇਹ ਗੱਲ ਕਹਿ ਕੇ ਬਾਦਲ ਪਹਿਲਾਂ ਬੀਬੀ ਖਰੜਾ ਨੂੰ ਮੋੜਦਾ, ਉਹ ਬੈਠੀ ਹੈ ਜਾਂਦੀ ਪੁੱਛ ਲਓ ਜਾ ਕੇ। ਦੂਜੀ ਗੱਲ, 98 ਦੇ ਵਿੱਚ ਜੱਜ ਅਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਇੱਕ 5 ਮੈਂਬਰੀ ਵਫਦ ਮਿਲਦਾ ਜਾ ਕੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਇੰਨੀ ਛਦਰੇ ਨਾਲ ਮੌਤ ਕੀਤੀ, ਮੌਤ ਉਹਨਾਂ ਨੇ ਲਿਆ ਮਾਰਿਆ ਉਹਨੂੰ, ਉਹਦੇ ਲਈ ਵੀ ਭਾਈ ਇਹਨੂੰ ਇਹ ਜਿਹੜੇ ਬੰਦੇ ਸ਼ਾਮਿਲ ਸੀਗੇ ਇਹ ਸਾਰੇ ਘਟਨਾਕ੍ਰਮਾਂ 'ਚ ਉਹ ਸਾਹਮਣੇ ਲਿਆਉਂਦੇ ਜਾਣ, ਦੋਸ਼ੀਆਂ ਨੂੰ ਸਜ਼ਾ ਦਵਾਈ ਜਾਵੇ। ਉਹ 'ਚ ਇੱਕ ਰਾਮ ਨਾਰਾਇਣ, ਇੱਕ ਬੀਬੀ ਸੁਰਜੀਤ ਕੌਰ ਸੀ, ਇੱਕ ਜਨਰਲ ਨਰਿੰਦਰ ਸਿੰਘ ਅਤੇ ਇੱਕ ਜਸਪਾਲ ਸਿੰਘ ਸਿੱਧੂ, ਇਹ 5 ਬੰਦੇ ਬਾਦਲ ਨੂੰ ਮਿਲਦੇ ਆ। ਪਹਿਲੇ ਹੱਲੇ ਬਾਦਲ ਟਾਲਾ ਮਾਰ ਕੇ ਮੋੜ ਦਿੰਦਾ ਵੀ ਕੋਈ ਗੱਲ ਨਹੀਂ ਦੇਖਾਂਗੇ, ਅਤੇ ਬਾਦਲ ਗੱਲ ਵੀ ਕਹਿੰਦਾ, ਉੱਥੇ ਪੁੱਛ ਲਓ ਜਾ ਕੇ ਇੰਟਰਵਿਊ ਕਰ ਲਿਓ ਬੰਦੇ ਨਾਲ ਜੋ ਹਲੇ ਜਾਂਦੇ ਬੈਠੇ ਆ। ਉਹਨੇ ਇੱਕ ਗੱਲ ਕਹਿੰਦਾ ਕਿ ਯਾਰ ਤੁਸੀਂ ਨਵਾਂ ਨਾ ਬਖੇੜਾ ਖੜਾ ਕਰ ਦਿਓ, ਪਹਿਲਾਂ ਹੀ ਮੇਰੇ ਤੋਂ ਜਸਵੰਤ ਖਰੜੇ ਦਾ ਮਸਲਾ ਲੋਟ ਨਹੀਂ ਆਉਂਦਾ। ਇਹ ਗੱਲ ਬਾਦਲ ਉਹਨਾਂ ਨੂੰ ਕਹਿ ਕੇ ਮੋੜਦਾ। ਦੂਜੀ ਵਾਰੀ ਉਹ ਵਫਦ ਉਹ ਬੰਦੇ ਫਿਰ ਦੁਬਾਰਾ ਮਿਲਣ ਜਾਂਦੇ ਆ, ਤਾਂ ਇਹ ਗੱਲ ਕਹਿੰਦੇ ਆ ਕਿ ਬਾਦਲ ਸਾਹਿਬ ਤੁਹਾਨੂੰ 15 ਦਿਨ ਦਾ ਸਮਾਂ ਦਿੱਤਾ, ਜਾਂ ਤਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਕਹਾਣੀ ਉਹ ਸਾਹਮਣੇ ਲਿਆਓ ਅਤੇ ਬੰਦੇ ਸਜ਼ਾਵਾਂ ਦਿਵਾਓ, ਅਤੇ ਨਹੀਂ ਅਸੀਂ ਹਾਈਕੋਰਟ ਜਾਵਾਂਗੇ। ਬਾਦਲ ਨੂੰ ਫਿਰ ਫਿਕਰ ਲੱਗਿਆ ਵੀ ਜੇ ਇਹ ਹਾਈਕੋਰਟ ਚਲੇ ਗਏ, ਹਾਈਕੋਰਟ ਦੇ ਵਿੱਚ CBI ਦੀ ਜਾਂਚ ਹੋ ਗਈ, ਤਾਂ ਫਿਰ ਵੀ ਇਹ ਔਖਾ ਹੋ ਜੂਗਾ, ਬੰਦੇ ਕਿਤੇ ਕਟਹਿਰੇ 'ਚ ਨਾ ਚਲੇ ਜਾਣ, ਬੰਦੇ ਜੇਲ੍ਹਾਂ 'ਚ ਨਾ ਚਲੇ ਜਾਣ, ਕਿਉਂਕਿ ਇਹਦੇ ਚਹੇਤੇ ਸੀ, ਇਹ ਬਚਾਉਣਾ ਚਾਹੁੰਦਾ ਸੀ ਉਹਨਾਂ ਨੂੰ। ਇਹਨੇ ਫਿਰ ਇੱਕ ਬੀਬੀ ਤਿਵਾੜੀ ਦੇ ਅਗਵਾਈ ਦੇ ਵਿੱਚ ਜਿਹੜੀ ਕਮੇਟੀ ਬਣਾਉਂਦਾ, ਅਤੇ ਉਹ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਹੁਣ ਸਾਹਮਣੇ ਆ ਚੁੱਕੀ ਹੈ। ਹਾਲਾਂਕਿ ਉਹ ਕਮੇਟੀ ਜਿਹੜੀ ਰਿਪੋਰਟ ਆਉਂਦੀ ਹੈ ਬੀਬੀ ਤਿਵਾੜੀ ਪੂਰਨ ਤੌਰ 'ਤੇ ਸਹੀ ਨਹੀਂ ਹੈਗੀ, ਪਰ ਕੁਛ ਤੱਥ ਉਹ 'ਚ ਸਹੀ ਵੀ ਹੈਗਾ, ਜਿਹਦੇ ਵਿੱਚ ਉਹ ਮੌਕੇ ਦੇ SHO ਗੁਰਮੀਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਾ, 27-28 ਬੰਦਿਆਂ ਨੂੰ ਹੋਰ ਉਹ ਕਹਿੰਦਾ ਵੀ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ, ਘੋਟਨੇ ਵਰਗੇ ਅਤੇ ਹੋਰ ਜਿਹੜੇ ਉੱਥੇ ਸੋਢੀ ਵਰਗੇ DSP ਜਾਂ ਹੋਰ ਜਿੰਨੇ ਸੈਣੀ ਵਰਗੇ ਬੁੱਚੜ ਸੀਗੇ ਉਹ ਸਭ ਨੂੰ ਬਰੀ ਕਰ ਦਿੰਦਾ। ਤੁਸੀਂ ਦੇਖੋ ਜਦੋਂ ਇਹ ਰਿਪੋਰਟ ਆਉਂਦੀ ਹੈ ਤਾਂ ਬਾਦਲ ਉਸ BP ਤਿਵਾੜੀ ਦੀ ਉਹ ਝਾੜ ਝੰਬ ਕਰਦਾ, ਅਤੇ ਨਾਲ ਉਹਨੂੰ ਸਬਕ ਸਿਖਾਉਣ ਦੇ ਲਈ ਉਹਦੀ ਇੱਕ ਜਿਹੜੀ ਬੀਬੀ ਉਹਦੇ ਘਰ ਕੰਮ ਕਰਦੀ ਹੁੰਦੀ ਹੈ, ਨੌਕਰਾਣੀ ਹੁੰਦੀ ਹੈ ਉਹਦੇ ਘਰ ਦੀ, ਉਹ 2 ਦਿਨ ਕੰਮ ਕਰਦੇ, ਸਿਰਫ 2 ਦਿਨ। 2 ਦਿਨ ਕੰਮ ਕਰਨ ਦੇ ਬਾਅਦ ਉਹ 3 ਦਿਨ ਆ ਕੇ ਦਰਖਾਸਤ ਦਿੰਦੀ ਹੈ ਕਿ BP ਤਿਵਾੜੀ ਨੇ ਮੇਰੇ ਨਾਲ ਛੇੜਛਾੜ ਕੀਤੀ ਹੈ, ਉਹਦੇ ਝੂਠਾ ਮੁਕੱਦਮਾ ਦਰਜ ਕੀਤਾ ਜਾਂਦਾ, ਯਾਨੀ ਉਹਨੂੰ ਦਬਾਉਣ ਦੇ ਲਈ। ਇਹ ਦੇਖੋ ਕਿੱਥੇ ਕਿੱਥੇ ਫਿਰ ਅੱਗੇ ਚੱਲੋ। ਉਸ ਤੋਂ ਬਾਅਦ ਇਹ ਜਦੋਂ BP ਤਿਵਾੜੀ ਤੋਂ ਬਾਅਦ ਉਹ ਚਾਹੁੰਦਾ ਬਾਦਲ ਕਿ ਹੁਣ ਇਹ 'ਚ ਬੰਦੇ ਫਸ ਸਕਦੇ ਆ, ਤਾਂ ਬਾਦਲ ਇੱਕ ਹੋਰ ਕਮਿਸ਼ਨ ਬਣਾਉਂਦਾ, ਇੱਕ ਪੁਲਿਸ ਦਾ ਉੱਚ ਅਫਸਰ ਹੁੰਦਾ ਅਤੇ ਇੱਕ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਵੱਲੋਂ ਬਾਦਲ ਵੱਲੋਂ ਲਾਇਆ ਜਾਂਦਾ। ਉਹ ਰਿਪੋਰਟ ਦੇ ਵਿੱਚ ਜਿਹੜੀ 2000 ਦੇ ਵਿੱਚ ਆਉਂਦੀ ਹੈ, ਉਹ ਰਿਪੋਰਟ ਦੇ ਵਿੱਚ ਸਾਰਿਆਂ ਨੂੰ ਪਾਕ ਸਾਫ ਬਰੀ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਜਦੋਂ ਇਹ ਮਸਲਾ ਹਾਈਕੋਰਟ ਜਾਂਦਾ, ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਵੀ ਮਸਲਾ ਹਾਈਕੋਰਟ ਜਾਂਦਾ, ਅਤੇ ਜਿਹੜਾ ਮਸਲਾ ਦੂਜਾ ਉਸ ਬੀਬੀ ਨਾਲ ਜਿਹੜਾ BP ਤਿਵਾੜੀ ਵਾਲਾ ਮਸਲਾ ਵੀ ਹੁੰਦਾ, ਉਹ ਵੀ ਹਾਈਕੋਰਟ ਜਾਂਦਾ। ਤਾਂ ਦੇਖੋ ਹਾਈਕੋਰਟ, ਦੇਖੋ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਨਾ, ਵੀ ਅਸੀਂ ਸਾਡੇ ਕੋਲ ਆਪਾਂ ਕਹਿੰਦੇ ਅਦਾਲਤਾਂ ਦੇ ਵਿੱਚ ਸਾਨੂੰ ਇਨਸਾਫ ਮਿਲ ਜੂਗਾ, ਤਾਂ ਜਿਹੜੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲੀ ਗੱਲ ਆ ਉਹਨੂੰ ਹਾਈਕੋਰਟ ਉਸ ਪਟੀਸ਼ਨ ਨੂੰ ਰੱਦ ਕਰ ਦਿੰਦੀ ਆ, ਅਤੇ ਦੂਜੇ ਪਾਸੇ ਜਿਹੜੀ ਬੀਬੀ ਨਾਲ ਸਾਰੀ ਘਟਨਾਕ੍ਰਮ ਹੁੰਦਾ, BP ਤਿਵਾੜੀ ਵਾਲਾ ਹੁੰਦਾ, ਉਹਦੀ ਉਹ ਇਨਕੁਆਇਰੀ ਦੀ ਜਾਂਚ ਦੀ ਜਿਹੜੀ ਉਹ ਗੱਲ ਕਹਿ ਦਿੰਦੀ ਆ ਹਾਈਕੋਰਟ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ। ਕਿੱਥੇ ਰਹਿ ਗਿਆ ਇਨਸਾਫ, ਕਿੱਥੋਂ ਲੈਣ ਜਾਵਾਂਗੇ ਇਨਸਾਫ ਅਸੀਂ ਯਾਰ। ਇਹ ਕਹਾਣੀਆਂ ਨੇ ਇਹਨਾਂ ਬਾਦਲਾਂ ਦੀਆਂ, ਇਹ ਟੱਬਰਾਂ ਦੀਆਂ, ਜਿਨ੍ਹਾਂ ਨੇ ਪੰਜਾਬ ਦੇ ਨਾਲ, ਮੈਂ ਕਹਿੰਦਾ ਹੱਦ ਹੋ ਗਈ ਯਾਰ। ਅੱਜ ਵੀ ਕਈ ਬੰਦੇ ਅੱਜ ਵੀ ਕਹਿੰਦੇ ਯਾਰ ਬਾਦਲ ਨੇ ਆਹ ਕੀਤਾ, ਬਾਦਲ ਨੇ ਆਹ ਕੀਤਾ। ਮੈਂ ਕਹਿੰਦਾ ਕੋਈ ਦਲੀਲਾਂ ਤੱਕ ਬੰਦਾ ਆ ਕੇ ਦੱਸੇ ਬਾਦਲ ਨੇ ਕੀਤਾ ਕੀ ਹੈ, ਅਤੇ ਕਿਹੜਾ ਇਹੋ ਜਿਹਾ ਹੁਣ ਸੁਖਬੀਰ ਮਾਫ਼ੀ ਮੰਗਦਾ ਫਿਰਦਾ ਕਿ ਸਾਡੇ ਵਿੱਚ ਜਾਣੇ ਅਣਜਾਣੇ 'ਚੋਂ ਗਲਤੀਆਂ ਹੋ ਗਈਆਂ, ਤੁਹਾਡੇ ਕੋਲ ਗੁਨਾਹ ਹੋਏ ਨੇ, ਜ਼ੁਲਮ ਹੋਏ ਨੇ, ਗਦਾਰੀਆਂ ਕੀਤੀਆਂ ਤੁਸੀਂ,
ਮੈਂ ਕਹਿੰਦਾ ਜੇ ਮਾੜੀ ਮੋਟੀ ਵੀ ਸਿੱਖਾਂ 'ਚ ਅਣਖ ਜਾਂਦੀ ਹੈਗੀ ਆ ਤਾਂ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦੇਣੇ, ਜੇ ਆਉਂਦੇ ਹੈ ਤਾਂ ਘੇਰ ਕੇ ਸਵਾਲ ਪੁੱਛੋ, ਕਿਆ ਜਵਾਬ ਦਿਓ ਵੇ, ਕਿਉਂ ਬਾਦਲ ਨੇ ਰਿਪੋਰਟ ਦੱਬੀ, ਕਿਉਂ ਬਾਦਲ ਨੇ ਘੋਟਨੇ ਵਰਗੇ ਬਚਾਏ, ਕਿਉਂ ਬਾਦਲ ਨੇ ਸੈਣੀ ਵਰਗੇ ਨੂੰ DGP ਲਾਇਆ, ਕਿਉਂ ਬਾਦਲ ਨੇ ਜਹਾਰਾ ਆਲਮ ਵਰਗੇ ਨੂੰ ਟਿਕਟਾਂ ਦਿੱਤੀਆਂ, ਕਿਉਂ ਬਾਦਲ ਘੋਟਨੇ ਦੇ ਭੋਗ ਦੇ ਉੱਤੇ ਆਪਣੀ ਸ਼੍ਰੋਮਣੀ ਕਮੇਟੀ 'ਤੇ ਦਬਾਅ ਪਾ ਕੇ ਉਹਦੀਆਂ ਭੋਗ ਦੀਆਂ ਰਸਮਾਂ ਕਰਾਉਣੀਆਂ ਚਾਹੁੰਦਾ ਸੀ, ਗੱਲਾਂ ਦਾ ਜਵਾਬ ਦੇਣਗੇ ਬਾਦਲ? ਅੱਛਾ, ਦੂਜੀ ਗੱਲ ਹੁਣ ਵਾਲੇ ਇਹ ਵੀ ਕਹਿਣਗੇ ਚਲੋ ਸੁਖਬੀਰ ਦਾ ਕੀ ਕਸੂਰ ਹੈ ਜੀ, ਅਤੇ ਸੁਖਬੀਰ ਕੋਲ ਸਾਰਾ ਪੁਲਿਸ ਮਹਿਕਮਾ ਸੁਖਬੀਰ ਕੋਲ ਹੀ ਸੀ, ਜੇ 97 'ਚ ਸਰਕਾਰ ਬਣਦੀ ਹੈ ਤਾਂ ਵੀ ਗ੍ਰਹਿ ਮੰਤਰੀ ਸੁਖਬੀਰ ਸੀਗਾ, ਜੇ 12 'ਚ ਸਰਕਾਰ ਬਣਦੀ ਹੈ ਤਾਂ ਵੀ ਸਾਰਾ ਡਿਪਟੀ ਮੁੱਖ ਮੰਤਰੀ ਤਾਂ ਸੁਖਬੀਰ ਸੀ, ਸਾਰਾ ਪੁਲਿਸ ਦਾ ਵਿਭਾਗ ਸੁਖਬੀਰ ਕੋਲ ਸੀਗਾ, ਤਾਂ ਜ਼ਿੰਮੇਵਾਰ ਸੁਖਬੀਰ ਤਾਂ ਉਦੋਂ ਵੱਡਾ ਫਿਰ। ਜਾਣੀ ਇਹ ਗੱਲਾਂ ਸਾਡੇ ਲੋਕਾਂ ਨੂੰ ਜੇ ਅੱਜ ਵੀ ਨਹੀਂ ਸਮਝ ਪੈਂਦੀਆਂ ਫਿਰ ਤਾਂ ਸਮਝ ਲਓ ਸਾਡੀ ਜ਼ਮੀਰਾਂ ਹੈ ਨਹੀਂ, ਅਸੀਂ ਮਰੀਆਂ ਜ਼ਮੀਰਾਂ ਦੇ ਬੰਦੇ ਹਾਂ, ਅਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਖਾਤਰ ਕੋਈ ਕੀ ਕੁਰਬਾਨੀ ਕਰਕੇ ਗਿਆ ਯਾਰ, ਇੰਨਾ ਸ਼ਬਦ ਝੱਲ ਕੇ ਵੀ ਬੰਦਿਆਂ ਨੇ ਸੀਰ ਤੱਕ ਨਹੀਂ ਕੀਤੀ। ਅਤੇ ਉਸ ਪਤਾ ਨਹੀਂ ਕਿੰਨੇ ਇੱਕ ਇੱਕ ਘਟਨਾ ਤੁਹਾਨੂੰ ਮੈਂ ਹੋਰ ਦੱਸਦਾ, ਇੱਥੇ ਇੱਕ ਲੈਂਡਲਾਰਡ ਹੁੰਦਾ ਸੀਗਾ, ਅੱਜ ਕੱਲ੍ਹ ਉਹ ਕਮਲਾ ਜਿਹਾ ਹੋਇਆ ਫਿਰਦਾ, ਥਾਣੇਦਾਰ ਹੁੰਦਾ ਸੀਗਾ ਉਹ ਬੰਦਾ ਕਿਵੇਂ ਬੰਦੇ ਮਾਰਦਾ ਰਿਹਾ, ਉਹਨੂੰ ਹੱਥ ਨੇ ਕੋਈ ਮੁੰਡਾ ਚੱਕਣਾ ਮੁਕਾਬਲਾ ਬਣਾਉਣਾ ਜੀ, ਕਿਉਂ ਗਿਣਤੀ ਪੂਰੀ ਕਰਦੇ ਸੀ ਨਾ ਵੀ ਅੱਜ ਫਲਾਨੇ ਏਰੀਏ 'ਚੋਂ ਫਲਾਨੇ ਜ਼ਿਲ੍ਹੇ 'ਚੋਂ ਇੰਨੇ ਬੰਦੇ ਮਾਰਤੇ, ਲਿਓ ਜੀ ਲਾ ਦਿਓ ਫੀਤੀ, ਲਾ ਦਿਓ ਤਾਰਾ, ਦੇ ਦਿਓ ਅਹੁਦਾ, ਦਿਓ ਮਾਣ ਸਨਮਾਨ, ਦਿਓ ਤਰੱਕੀਆਂ। ਉਹਦੇ ਅੱਗੇ ਲੈਂਡਲਾਰਡ ਜੇਲ੍ਹ 'ਚ ਵੀ ਰਿਹਾ, ਬਠਿੰਡੇ ਜੇਲ੍ਹ 'ਚ ਉੱਥੇ ਕਮਲਾ ਹੋਇਆ ਹੋ ਗਿਆ ਸੀ ਉਦੋਂ, ਉਹਦੇ ਅੱਗੇ ਲਿਆ ਕੇ ਇੱਕ ਦਾਰੂ ਦੀ ਬੋਤਲ ਅਤੇ ਇੱਕ ਮੁਰਗਾ ਧਰ ਦਿੰਦੇ ਸੀ ਕੁੱਕੜ ਲਿਆ ਕੇ, ਉਹਨੇ ਇਹ ਨਹੀਂ ਦੇਖਿਆ ਵੀ ਇਹ 15 ਸਾਲ ਦਾ ਹੈ ਕਿ ਇਹ 20 ਸਾਲ ਦਾ, ਇਹਦਾ ਕਸੂਰ ਹੈਗਾ ਕਿ ਇਹ ਬੇਕਸੂਰ ਹੈ, ਚੱਕ ਕੇ ਮਾਰ ਕੇ ਨਹਿਰ ਸਿੱਟ ਦਿੰਦਾ ਸੀ ਤਸ਼ੱਦਦ ਕਰਕੇ, ਮਾਰਨ ਤੋਂ ਪਹਿਲਾਂ ਕੁੜਦਾ ਮਾਰਦਾ, ਚੱਡੇ ਪਾੜਦਾ, ਜੋ ਮਰਜ਼ੀ ਤਸ਼ੱਦਦ ਪੂਰਾ ਢਾਇਆ ਜਾਂਦਾ ਸੀ ਪਹਿਲਾਂ, ਕਿਸੇ ਡਰੈਨ ਸਿੱਟ ਦਿੰਦਾ ਸੀ ਚੱਕ ਕੇ। ਇਹ ਇੱਕ ਨਹੀਂ, ਮੋਹਤ ਸਿੰਘ ਵਰਗੇ ਸੀਗੇ, ਕਿੰਨੇ ਬੰਦੇ ਇੱਥੇ ਨਾਂ ਲੱਗੇ, ਉਹ ਕਈ ਬੰਦਿਆਂ ਨੂੰ ਤਾਂ ਤੁਸੀਂ ਇਹ ਦੇਖੋ ਕਿੰਨੇ ਕੁ ਬੰਦੇ, ਜਸ ਸੋਚਣ ਵਾਲੀ ਗੱਲ ਹੈ, ਕਿੰਨੇ ਕੁ ਬੰਦੇ ਜਿਹੜੇ ਉਹਨਾਂ ਨੂੰ ਸਜਾਵਾਂ ਹੋ ਗਈਆਂ ਜੇਲ੍ਹਾਂ 'ਚ ਵਗ ਕੇ, ਬਹੁਤੇ ਬੰਦੇ ਤਾਂ ਉਹਨਾਂ 'ਚੋਂ ਆਪਦੀ ਮੌਤ ਕੁਦਰਤੀ ਮਰ ਕੇ ਗਏ ਹੈ, ਅਤੇ ਉਹਦਾ ਜ਼ਿੰਮੇਵਾਰ ਕੌਣ ਹੈ? ਆਪਾਂ ਕਹਿੰਦੇ ਹਾਂ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਕਾਂਗਰਸ, ਮੰਨਦੇ ਹਾਂ, ਕੋਈ ਦੋ ਰਾਵਾਂ ਨਹੀਂ, ਇਹ ਹਰ ਇੱਕ ਨੂੰ ਪਤਾ ਵੀ ਜੋ ਕਾਂਗਰਸ ਨੇ ਸਿੱਖਾਂ ਦੇ ਨਾਲ ਕੀਤਾ ਉਹ ਭੁੱਲਿਆ ਨਹੀਂ ਕਿਸੇ ਤੋਂ, ਪਰ ਬਾਦਲ ਨੇ ਕੀ ਕੀਤਾ? ਕਾਂਗਰਸ ਨੇ ਜੋ ਕੀਤਾ ਕੀਤਾ, ਬਾਦਲ ਨੇ ਸਾਰੇ ਉਹ ਬੰਦੇ ਬਚਾਏ ਹੈ ਪੰਜਾਬ ਦੇ ਅੰਦਰ, ਜੇ ਤੁਸੀਂ ਗਿਣਤੀ ਕਰਨ ਬੈਠੋਗੇ ਨਾ ਸੈਂਕੜੇ ਨਹੀਂ ਹਜ਼ਾਰਾਂ ਬੰਦੇ ਉਹ ਹੋਣੇ ਆ ਉਸ ਸਮੇਂ ਦੇ, ਕੋਈ SHO ਸੀਗਾ, ਕੋਈ ਸਿਪਾਹੀ ਬਣਿਆ, SSP ਰਿਟਾਇਰ ਹੋਇਆ, ਸਿਪਾਹੀ ਲੱਗਿਆ, ਕੋਈ ਕੋਈ ਬੰਦਾ ਸਿਪਾਹੀ ਹੌਲਦਾਰ ਬੰਦਾ ਆਪਣਾ ਸਿਪਾਹੀ ਲੱਗਿਆ, IG DIG ਦੇ ਉਹਦੇ ਤੱਕ ਗਿਆ, ਉਹ ਐਂ ਗਏ ਹੈ ਮਾਰ ਮਾਰ ਕੇ ਬੰਦਿਆਂ ਨੂੰ, ਲੋਕਾਂ ਨੇ ਜਵਾਕ ਇਕੱਲੇ ਇਕੱਲੇ ਖਪਾਤੇ ਯਾਰ, ਲੋਕਾਂ ਦਾ ਦੀਵਾ ਗੁੱਲ ਕਰਤਾ, ਕੁਲਾਂ ਦਾ ਨਾਸ ਕਰਤਾ, ਉਹਦਾ ਜ਼ਿੰਮੇਵਾਰ ਕੌਣ ਆ? ਹੈ ਨਹੀਂ ਬਾਦਲ ਫਿਰ? ਤੁਸੀਂ ਕਹਿੰਦੇ ਹੋ ਕਿ ਬਾਦਲ ਨੇ ਕੀ ਕੀਤਾ, ਤੁਸੀਂ ਕਹਿੰਦੇ ਹੋ ਕਿ ਕਾਂਗਰਸ ਜਮਾਤ ਨੂੰ ਵੀ ਜਿਹੜਾ ਹੈਗਾ ਉਹ ਸਿੱਖਾਂ ਦੀ ਦੁਸ਼ਮਣ ਆ, ਤੁਸੀਂ ਕਹਿੰਦੇ ਹੋ ਕਿ ਬਾਦਲ ਨੇ ਕੀ ਕੀਤਾ, ਤਾਂ ਫਿਰ ਇੱਕ ਚੀਜ਼ ਹੋਰ ਵੀ ਜਿਹੜੀ ਹੈਗੀ ਇੱਥੇ ਆਉਂਦੀ ਹੈ, ਤਾਂ ਫਿਰ ਉਹ ਆਪਣੇ ਆਪ ਨੂੰ ਪੰਥਕ ਪਾਰਟੀ ਕਿਉਂ ਕਹਿੰਦੇ ਨੇ? ਉਹ ਖੁਦ ਦੇ ਵਿੱਚ ਇਹ ਕਹਿੰਦੇ ਨੇ ਕਿ ਪੰਥ ਦੇ ਲਈ ਜੇ ਕੁਛ ਕਰ ਸਕਦੇ ਹਾਂ, ਪੰਥ ਦੇ ਲਈ ਜਾਂ ਜਿੰਨਾ ਕੁਛ ਕੀਤਾ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਆ। ਦੱਸ ਮੈਂ ਇੱਧਰ ਮਸਲਾ ਸੀਗਾ, ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ, ਮੈਂ ਉੱਥੇ ਗਿਆ, ਉਹ MP ਹਲਕਾ ਲੁਧਿਆਣੇ 'ਚ ਪੈਂਦਾ, ਮੈਂ ਉੱਥੇ ਪੁੱਛਣ ਲੱਗ ਗਿਆ ਗੱਲਾਂ, ਲੋਕਾਂ ਦਾ ਬਹੁਤ ਘੱਟ ਸੀ, ਮੈਂ ਪੁੱਛਿਆ, ਮੈਂ ਕਿਹਾ ਜੀ ਐਂ ਕਰਕੇ ਤੁਹਾਡੇ ਜਿਹੜੀਆਂ MP ਦੀਆਂ ਚੋਣਾਂ ਹੁੰਦੀਆਂ, ਤੁਹਾਡੇ ਬਿੱਟੂ ਜਿੱਦ ਹੈ ਰਵਨੀਤ ਬਿੱਟੂ, ਤੁਹਾਡੇ ਪਿੰਡ 'ਚੋਂ ਕਿੰਨੀ ਕੁ ਵੋਟ ਪੈਂਦੀ ਹੈ? ਉਹ ਕਹਿੰਦੇ ਸਾਡੇ ਪਿੰਡ 'ਚੋਂ ਇੱਕ ਵਾਰੀ 600 ਵੋਟ ਦੀ ਲੀਡ ਹੋਈ ਸੀ, ਵਧੀ ਸੀ ਉਹਦੀ, ਇੱਕ ਵਾਰੀ ਉਹ 400-450 ਵੋਟ ਵਧਿਆ। ਮੈਂ ਕਿਹਾ ਲੱਖ ਲਾਹਣ ਤਾਂ ਤੁਹਾਡੇ 'ਤੇ ਯਾਰ,
ਜੇ ਤੁਸੀਂ ਉਹੋ ਜਿਹੇ ਬੰਦਿਆਂ ਨੂੰ ਜਿਤਾ ਰਹੇ ਹੋ ਤਾਂ ਪਰ ਤੁਹਾਡੇ ਪੱਲੇ ਅਣਖਾਂ ਗੈਰਤਾਂ ਹੈ ਕਿੱਥੇ ਆ? ਜਿਹੜੇ ਬੰਦਿਆਂ ਨੇ, ਤੂੰ ਇਹ ਦੇਖ, ਮੈਂ ਵਾਰ ਵਾਰ ਇਹ ਗੱਲ ਦਾ ਜ਼ਿਕਰ ਕਰਦਾ ਹੁੰਦਾ ਵੀ 95 ਤੱਕ ਕਾਂਗਰਸ ਨੇ ਕਾਂਡ ਕੀਤਾ, ਹਜ਼ਾਰਾਂ ਮੁੰਡਾ ਸਾਡਾ ਮਾਰਤਾ, ਪਤਾ ਹੀ ਨਹੀਂ ਕੀ ਕੁਛ ਹੋਇਆ ਯਾਰ ਸਾਡੇ ਨਾਲ। ਮੈਂ ਕਹਿੰਦਾ ਰੂਹ ਕੰਬਦੀ ਆ ਯਾਰ ਬੰਦੇ ਦਾ। ਹੁਣ ਵੀ ਆਪਾਂ ਇੰਨੇ ਸਾਲਾਂ ਬਾਅਦ ਜਹੇਦਾਰ ਕਿਉਂ ਕਰੀ 31 ਸਾਲਾਂ ਬਾਅਦ ਗੱਲ ਕਰ ਰਹੇ ਹਾਂ, ਅੱਜ ਵੀ ਸੋਚ ਕੇ ਐਂ ਬੰਦੇ ਦਾ ਅੰਦਰੋਂ ਬੰਦਾ ਝੰਜੋੜਿਆ ਜਾਂਦਾ ਵੀ ਐਡਾ ਯਾਰ ਘਾਣ। ਅਤੇ ਯਾਰ ਤੁਸੀਂ 95 ਦੇ ਵਿੱਚ ਉਹਨਾਂ ਨੇ ਜੋ ਘਾਣ ਕੀਤਾ ਅਤੇ ਤੁਸੀਂ 2002 'ਚ ਸਰਕਾਰ ਬਣਾਤੀ ਲਿਆ ਕੇ ਕਾਂਗਰਸ ਦੀ, ਸਾਡੀ ਸੋਚ ਦੇ ਕਿੱਥੇ ਖੜੀ ਹੈ? ਸਾਨੂੰ ਕੋਈ ਮਤਲਬ ਨਹੀਂ, ਅਸੀਂ ਨਿੱਜ ਨਾਲ ਹਾਂ, ਸਾਨੂੰ ਛੋਟੇ ਮੋਟੇ ਕੰਮਾਂ ਨਾਲ ਹੈ ਜਾਂ ਮਾੜੀ ਮੋਟੀ ਚੌਧਰ ਨਾਲ ਕਿਸੇ ਪਿੱਛੇ ਪੂਛ ਲਾ ਦੇਣਗੇ, ਉਹਦੇ ਨਾਲ ਹੈ, ਸਾਨੂੰ ਕੋਈ ਮਤਲਬ ਨਹੀਂ। ਉਦੋਂ ਬਾਅਦ ਦੋ ਵਾਰੀ ਸਰਕਾਰ ਬਣਾਈ ਹੈ, 2002 ਤੋਂ 7 ਤੱਕ, ਫਿਰ ਗਾਹਾਂ ਲੈ ਕੇ 17 ਤੋਂ 22 ਤੱਕ, ਅਤੇ ਉਹੀ ਮੌਕਾ ਬਾਦਲ ਨੂੰ ਦੇਈ ਗਿਆ। ਅੱਜ ਵੀ ਸਾਡੇ ਤਾਂ ਮੈਂ ਦੇਖਦਾ ਹੁੰਦਾ ਜਸ, ਜਿੱਦਾਂ ਨਾ ਪਹਿਲਾਂ ਛੋਟੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਸਾਰੇ ਸਾਡੇ ਜੋ ਪੁਰਾਣੇ ਬਾਪੂ ਬੇਬੇ ਸਾਡੀਆਂ, ਅਸੀਂ ਤਾਂ ਭਾਈ ਪੰਥ ਨਾਲ ਆ, ਉਹ ਬਾਦਲ ਨਾਲ ਨਹੀਂ, ਕਹਿੰਦੇ ਪੰਥ ਨਾਲ ਆ, ਅਸੀਂ ਤੱਕੜੀ ਨਾਲ ਹੈ। ਉਹ ਇਹਨੂੰ ਪੰਥ ਸਮਝ ਹੀ ਗਏ ਆ, ਗਦਾਰਾਂ ਨੂੰ, ਇਹਨਾਂ ਨੂੰ ਹੀ ਰੱਬ ਬਣਾਈ ਬੈਠੇ ਸੀ ਵੀ ਇਹ ਪਤਾ ਨਹੀਂ ਇਹਨਾਂ ਨੇ ਕੀ ਸਮਝੌਤੇ ਕੀਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਸਿੱਖਾਂ ਦੀ ਜਵਾਨੀ ਨੂੰ ਲੈ ਕੇ, ਪਤਾ ਨਹੀਂ ਕਿਹੜੇ ਕਿਹੜੇ ਸਮਝੌਤੇ ਇਹਨਾਂ ਨੇ ਕਰਕੇ ਆਪਣੀਆਂ ਕੁਰਸੀਆਂ ਸਲਾਮਤ ਰੱਖੀਆਂ ਨੇ। ਅੱਜ ਡਰਾਮੇ ਕਰਦੇ ਫਿਰਦੇ ਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹ ਬੀਬਾ ਉੱਥੇ ਬੋਲਦੀ ਆ ਕਿਲ ਕਿਲ ਕੇ ਹਰਸਿਮਰਤ ਪਾਰਲੀਮੈਂਟ 'ਚ ਕਿ ਸਿੱਖਾਂ ਨਾਲ ਆਇਆ ਹੋਊਗਾ, ਸਿੱਖਾਂ ਨਾਲ ਹੋਊਗਾ, ਤੇਰੇ ਸਹੁਰੇ ਨੇ ਕੀ ਕੀਤਾ, ਤੁਸੀਂ ਕੀ ਕੀਤਾ, ਤੇਰੇ ਘਰ ਵਾਲੇ ਨੇ ਕੀ ਕੀਤਾ, ਇਹਦਾ ਵੀ ਜਵਾਬ ਦੇ ਰਹੇ, ਇਹ ਵੀ ਜਵਾਬ ਮੰਗਦੇ ਆ ਲੋਕ। ਜੀ ਮਾਫ਼ੀ ਦੀ ਵੀ ਗੱਲ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਫ਼ੀ ਮੰਗੀ ਗਈ ਆ, ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਇਹ ਮੁਆਫ਼ੀਆਂ ਨੇ ਇਹ ਸਿੱਖ ਕੌਮ 'ਤੇ ਜਿਹੜੇ ਜ਼ਖਮ ਨੇ ਉਹ ਜ਼ਖਮ ਭਰ ਦੇਣਗੀਆਂ ਇਹ ਮੁਆਫ਼ੀਆਂ? ਮੈਂ ਉਹੀ ਤਾਂ ਮੈਂ ਕਹਿੰਦਾ ਕਾਂਗਰਸ ਨੇ ਹਾਲ ਤੱਕ ਮਾਫ਼ੀ ਵੀ ਨਹੀਂ ਮੰਗੀ ਉਸ ਤਰੀਕੇ ਨਾਲ। ਲੋਕ ਅੱਜ ਵੀ, ਅੱਜ ਕੋਈ ਬੰਦਾ ਕਾਂਗਰਸ ਦਾ ਇੱਥੇ ਰੈਲੀ ਰੱਖ ਲਏ, ਲੋਕ ਬੱਸਾਂ ਟਰੱਕ ਗੱਡੀਆਂ ਭਰ ਜਾਂਦੇ ਕਿ ਨਹੀਂ ਜਾਂਦੇ, ਜਿੰਦਾਬਾਦ ਕਰਦੇ ਕਿ ਨਹੀਂ ਕਰਦੇ, ਅੱਜ ਬਾਦਲ ਰੱਖ ਲੈਣ ਉਹਨਾਂ ਦੇ ਮਗਰ ਵੀ ਇਹ ਲੋਕ ਵੀ ਠੀਕ ਆ। ਮੈਂ ਕਈ ਵਾਰੀ ਸੋਚਦਾ ਹੁੰਦਾ ਮੈਂ ਆਪਾਂ ਆਪਣੇ ਆਪ 'ਤੇ ਮਾਣ ਕਰਦੇ ਹਾਂ ਵੀ ਸਾਡੀ ਕੌਮ ਬਹੁਤ ਮਾਰਸ਼ਲ ਆ, ਬਹੁਤ ਨਿਡਰ ਆ, ਦਲੇਰ ਆ, ਲੜਨ ਵਾਲੀ ਆ, ਬਹੁਤ ਕਮਾਲ ਦਾ ਇਤਿਹਾਸ ਇਹਨਾਂ ਨੇ ਰਚਿਆ, ਪਿੱਛੇ ਨਹੀਂ ਹਟੇ ਜੰਗਾਂ ਯੁੱਧਾਂ ਦੇ ਵਿੱਚ, ਗੋਲੀਆਂ ਹੱਕਾਂ 'ਚ ਖਾ ਗਏ, ਫਾਂਸੀਆਂ 'ਤੇ ਚੜ੍ਹ ਗਏ। ਪਰ ਜੇ ਦੂਜਾ ਪੱਖ ਦੇਖਣਾ ਹੋਵੇ ਕਿ ਇਹਨਾਂ 'ਚ ਇੰਨੀ ਕੁ ਸੋਚ ਅਤੇ ਸਮਝ ਹੈ, ਇਸੇ ਕਰਕੇ ਤਾਂ ਇਹਨਾਂ ਨੂੰ ਪਤਾ ਯਾਰ ਵੀ ਇਹ ਲੋਕ ਇੰਨੇ ਕਾਲੀ ਹੈ, ਇਹ ਤੜਕੇ ਕੁੱਟੋ ਹੱਥ ਨੇ ਭੁੱਲ ਜਾਂਦੇ, ਹੱਥ ਨੇ ਕੁੱਟੋ ਛਿੱਤਰ ਮਾਰ ਤੜਕੇ ਭੁੱਲ ਜਾਂਦੇ, ਆਹ ਕੁਛ ਇਹਨਾਂ ਕੋਲ। ਜੇ ਤੁਸੀਂ SGPC ਦੇ ਸਵਾਲ ਦੀ ਗੱਲ ਕਰੀ ਆ, ਲੇਕਿਨ ਬਈ ਕਿਤੇ ਸਵਾਲ ਵੱਡਾ ਬਣਦਾ ਹੈ ਕਿ SGPC ਦੇ ਲਈ ਖੁਦ ਦਾ ਜਥੇਦਾਰ ਜਿਹੜਾ ਹੈਗਾ ਉਹ ਛੋਟਾ ਹੋ ਗਿਆ ਕਿ ਇੱਕ ਉਹ SSP ਵੱਡਾ ਹੋ ਗਿਆ ਜਿਹੜੇ SSP ਨੇ ਲੱਖਾਂ ਜਿਹੜੇ ਹੈਗੇ ਮੁੰਡੇ ਮਾਰੇ, ਜਿਹੜੇ SSP ਨੇ ਉਹਨਾਂ ਦੇ ਜਥੇਦਾਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ, ਕਿ ਉਹ SSP ਇੱਕ ਜਥੇਦਾਰ ਤੋਂ ਵੱਡਾ ਹੋ ਗਿਆ SGPC ਦੇ ਲਈ? SGPC ਪ੍ਰਧਾਨ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਾ, ਜਸ ਐਡਾ ਬੇਸ਼ਰਮੀ ਨਾਲ ਝੂਠ ਬੋਲ ਰਿਹਾ ਜਦੋਂ ਸਵਾਲ ਕਰਦਾ ਕਿ ਯਾਰ, ਉਹ ਸਵਾਲ ਕਰਦਾ ਪੱਤਰਕਾਰ ਧਾਮੀ ਨੂੰ ਕਿ ਪ੍ਰਧਾਨ ਸਾਹਿਬ ਆ ਸਾਰੇ ਮਸਲਿਆਂ ਦੀ ਉਂਗਲ ਉੱਠਦੀ ਹੈ ਬਾਦਲਾਂ 'ਤੇ, ਉਹ ਕਹਿੰਦਾ ਜੀ ਇਹ ਤਾਂ ਬਾਦਲਾਂ ਨੂੰ ਬਦਨਾਮ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਪ੍ਰਾਪੇਕੰਡਾ ਕੀਤਾ ਜਾ ਰਿਹਾ, ਹੱਦ ਹੋ ਗਈ ਯਾਰ, ਸ਼ਰਮ ਕਰੋ ਮਾੜੀ ਮੋਟੀ, ਤੁਸੀਂ ਐਡੇ ਉੱਚੇ ਅਹੁਦਿਆਂ 'ਤੇ ਬੈਠੇ ਹਾਂ, ਮੈਂ ਕਹਿੰਦਾ ਤੁਹਾਨੂੰ 2 ਜਹਾਂ ਦੀ ਢੋਈ ਨਹੀਂ ਮਿਲਣੀ ਯਾਰ, ਐਡਾ ਵੱਡਾ ਤੁਸੀਂ ਪਾਪ ਕਮਾ ਰਹੇ ਹੋ, ਝੂਠ ਬੋਲ ਰਹੇ ਹੋ ਯਾਰ। ਇਹ ਹਾਲਾਤ ਆ ਸਿੱਖਾਂ ਦੇ ਅੱਜ ਬਣੇ ਹੋਏ, ਜਿੰਨਾ ਚਿਰ ਇਹ ਰਹਿਣਗੇ ਆਗੂ ਬਣੇ ਅਤੇ ਹਾਲਾਤ ਇਦੂ ਵੀ ਮਾੜੇ ਹੋਣੇ ਆ। ਲੱਖੇ ਸਮਾਂ ਤਾਂ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਲੱਖਾ ਸਿੰਘ ਸਿਧਾਣਾ ਸੀ, ਗੱਲਬਾਤ ਪੰਥਕ ਸਰਕਾਰ ਦੇ ਉੱਪਰ ਖੜ੍ਹੇ ਹੋਏ ਸਵਾਲ ਦੇ ਉੱਪਰ ਕੀਤੀ, ਗੱਲਬਾਤ ਜਿਹੜੀ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਖੜ੍ਹੇ ਹੋਏ ਜਿਹੜੇ ਹੈਗੇ ਆ ਉਹ ਸਵਾਲ ਦੇ ਉੱਪਰ ਕੀਤੀ ਹੈ। ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ, ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਚਸਕਰੇ ਵਾਉਂਦੇ ਹੋ ਇਜਾਜ਼ਤ, ਧੰਨਵਾਦ ਜੀ।